ਅਮਰ ਸ਼ਹੀਦ ਬਾਬਾ ਜੀਵਨ ਸਿੰਘ ਮਹਾਰਾਜ ਕੀ ਜੈ, ਡਾਕਟਰ ਬਾਬਾ ਸਾਹਿਬ ਅੰਬੇਦਕਰ ਮਹਾਰਾਜ ਕੀ ਜੈ, ਜੁਗ ਪੁਰਸ਼ ਰਮਦਾਸ ਗੁਰੂ ਮਹਾਰਾਜ ਕੀ ਜੈ। ਇੱਕ ਮੈਨੂੰ ਹੋਰ ਗੱਲ ਯਾਦ ਆ ਗਈ, ਇੱਕ ਬਾਬਾ ਮੇਰੇ ਨਾਲ ਆਇਆ ਸੀ, ਮੈਨੂੰ ਪਤਾ ਆਇਆ ਤਾਂ ਮੇਰੇ ਨਾਲ ਹੀ ਪਰ ਬੈਠਾ ਜਾ ਕੇ, ਅਤੇ ਬਾਬਾ ਰੰਗਾ ਸਿੰਘ ਜੀ। ਗੁਰੂ ਪਿਆਰਿਓ, ਸਾਰੀ ਸੰਗਤ ਆਪਾਂ ਜਕਾਰੇ ਲਾਉਣੇ ਆ, ਅਤੇ ਉਦੋਂ ਜਕਾਰਾ ਲਾਉਣਾ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ। ਇਹ ਅੱਜ ਤੁਹਾਨੂੰ ਮੈਂ ਦਿਮਾਗ 'ਚ ਪਾ ਦਿਆਂ ਵੀ ਕਈਆਂ ਮੇਰੇ ਵੀਰਾਂ ਨੂੰ ਇਹ ਨਹੀਂ ਪਤਾ ਵੀ ਸ਼੍ਰੀ ਸ਼੍ਰੀ 108 ਕਿਉਂ ਆਖਿਆ ਜਾਂਦਾ, ਕਿਉਂ ਸ਼੍ਰੀ ਸ਼੍ਰੀ 108 ਅਸੀਂ ਗੁਰੂ ਗਿਆਨਨਾਥ ਦੇ ਨਾਂ ਨੂੰ ਸੱਦਦੇ ਹਾਂ। ਅਤੇ ਕਈ ਮੇਰੇ ਵਰਗੇ ਜਿਹੜੇ ਥੋੜ੍ਹਾ ਜਿਹਾ ਪੜ੍ਹ ਲਿਖ ਕੇ ਜਾਂ ਅੰਮ੍ਰਿਤ ਛਕ ਲਿਆ ਜਾਂ ਸਾਧ ਬਣ ਕੇ ਤਿਆ ਵੀ ਉਹਨਾਂ ਗੇਟ ਅੱਗੇ ਲਿਖਾ ਦਿੰਦੇ ਨੇ ਸ਼੍ਰੀ ਸ਼੍ਰੀ 108, ਪਰ 108 ਦਾ ਮਤਲਬ ਕੁਛ ਹੋਰ ਹੈ, ਲਿਖਾਉਣ ਨਾਲ ਨਹੀਂ ਬਣ ਜਾਂਦਾ। ਹੁਣ ਅਸੀਂ ਵੀ ਕੰਨ ਪਾਟੇ ਨਾ ਤਾਂ ਅਸੀਂ ਕਿਉਂ ਨਹੀਂ 108 ਲਿਖਾਉਂਦੇ, ਅਸੀਂ ਸ਼੍ਰੀ ਸ਼੍ਰੀ ਇੱਕ ਵਾਰੀ ਵੀ ਨਹੀਂ ਲਿਖਾ ਸਕਦੇ, ਕਿਉਂ ਉਹਨਾਂ ਦੇ ਚੇਲੇ ਹਾਂ। ਉਵੇਂ ਵੈਸੇ ਇੱਕ ਵਾਰੀ ਸ਼੍ਰੀ ਲੱਗਦਾ ਨਾਂ ਨੂੰ, ਸਮਝ ਲੱਗੀ ਨਾ। ਪਰ ਗੁਰੂ ਪਿਆਰਿਓ, ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਦੇ ਨਾਂ ਨੂੰ ਸ਼੍ਰੀ ਸ਼੍ਰੀ 108 ਸਤ ਲੱਗਦਾ ਮਹਾਰਾਜ। ਇਹ ਕਿਉਂ ਲੱਗਦਾ? ਜਦੋਂ ਮੌੜਿਆਂ ਵਾਲੇ ਕਿਲ੍ਹਿਆਂ 'ਤੇ ਇਹਨਾਂ ਨੇ ਤਪੱਛਾ ਕੀਤੀ, ਘੋਰ ਤਪੱਛਾ ਕੀਤੀ, ਭਗਵਾਨ ਵਾਲਮੀਕਿ ਦੇ ਦਰਸ਼ਨ ਹੋਏ, ਉਹਨਾਂ ਕਿਹਾ ਵੀ ਤੇਰੇ ਕੋਲ ਤਾਂ ਇੱਧਰ ਸੇਵਾ ਕਰਾਉਣੀ ਗਿਆਨਨਾਥ, ਅਤੇ ਤੂੰ ਹੁਣ ਇੱਥੇ ਬੈਠੇ ਰਹਿਣਾ। ਇਹ ਫਿਰ ਘੁੰਮਦੇ ਘੁੰਮਦੇ ਤੀਰਥਾਂ 'ਤੇ ਆਇਆ, ਅਤੇ ਤੀਰਥਾਂ 'ਤੇ ਜਦੋਂ ਗਏ ਨਾ ਹਰਿਦੁਆਰ, ਉੱਥੇ 12.5 ਪੰਥ ਇਕੱਠੇ ਹੋਏ, ਦਾਸੀ ਬਰਾਗੀ ਚਿਸ਼ਤੀ ਸਾਰੇ ਇਕੱਠੇ ਹੋਏ ਸੰਤ। 12 ਕਿਸਮ ਦੇ ਸੰਨਿਆਸੀ ਨੇ, 10 ਕਿਸਮ ਦੀ ਫਕੀਰੀ ਹੈ, ਨਾ 12 ਕਿਸਮ ਦੀ ਫਕੀਰੀ ਹੈ, 10 ਕਿਸਮ ਦੀ ਸੰਨਿਆਸ ਹੈ। ਜਦੋਂ ਉੱਥੇ ਸਾਰੇ ਵੱਡੇ ਵੱਡੇ ਮਹਾਤਮਾ ਇਕੱਠੇ ਹੋਏ, ਉਹਨਾਂ ਕਿਹਾ ਵੀ ਸੰਤ ਜੀ ਤੁਹਾਡੀ ਭਗਤੀ ਬਹੁਤ ਹੈ। ਉੱਥੇ ਉਹਨਾਂ ਨੇ ਇਹਨੂੰ ਸ਼੍ਰੀ ਸ਼੍ਰੀ 108 ਦਾ ਖਿਤਾਬ ਦਿੱਤਾ ਗੁਰੂ ਗਿਆਨਨਾਥ ਨੂੰ। ਪਰ ਦਿੱਤਾ ਕਿਉਂ ਉਹ ਵੀ ਤੁਹਾਨੂੰ ਦੱਸ ਦਈਏ, ਇਹ ਤੁਹਾਨੂੰ ਅੱਜ ਤੱਕ ਕਿਸੇ ਦੱਸਿਆ ਨਹੀਂ, ਤਾਂ ਅਸੀਂ ਦੱਸਦੇ ਹਾਂ, ਕਿਤੇ ਤੁਹਾਡੇ ਕੰਮ ਆਵੇਗਾ। ਜਦੋਂ ਭਗਵਾਨ ਵਾਲਮੀਕਿ ਜੀ ਜਲ ਦੇ ਵਿੱਚ ਥਲ ਦੇ ਵਿੱਚ ਥਲ ਬਣ ਕੇ, ਜਲ ਦੇ ਵਿੱਚ ਜਲ ਬਣ ਕੇ ਰਹਿ, ਬੱਤਰ ਚੌਂਕੜੀਆਂ ਜਲ ਦੇ ਵਿੱਚ, ਅਤੇ 36 ਚੌਂਕੜੀਆਂ ਜਲ ਦੇ ਉੱਪਰ ਰਹਿ, ਕਿੰਨਾ ਬਣਿਆ? 108। ਇਹਨਾਂ ਨੇ 108 ਨੂੰ ਪ੍ਰਗਟ ਕੀਤਾ ਸੀ, ਇਹਨੂੰ ਫਿਰ 108 ਦੀ ਪਦਵੀ ਦਿੱਤੀ 12.5 ਪੰਥਾਂ ਨੇ। ਬੋਲ ਵਾਲਮੀਕਿ ਭਗਵਾਨ ਕੀ ਜੈ, ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ। ਉੱਥੇ ਇੱਕ 2 ਗਰਫੀ ਮੈਂ ਤੁਹਾਨੂੰ ਸੁਣਾਉਣਾ। ਸਾਡੀ ਭਾਗ ਕੁਲੀ ਨੂੰ ਲਾਇਆ ਉਹ ਰਹਿੰਦਾ ਵਿੱਚ ਮਾਣਪੁਰੀ ਦੇ, ਸਾਡੀ ਭਾਗ ਕੁਲੀ ਨੂੰ ਭਾਗ ਕੁਲੀ ਨੂੰ ਲਾਇਆ ਰਹਿੰਦਾ ਵਿੱਚ ਮਾਣਪੁਰੀ ਦੇ, ਸਾਡੀ ਭਾਗ ਕੁਲੀ ਨੂੰ ਲਾਇਆ ਰਹਿੰਦਾ ਵਿੱਚ ਮਾਣਪੁਰੀ। ਅੱਜ ਮਾਣਪੁਰੀ ਰਿਸ਼ਨਾਈਆਂ ਜਿਵੇਂ ਝੋ ਦੇ ਵਿਚਾਰੇ ਲੜਾਈਆਂ ਹੋ ਰਹੀਆਂ ਨੇ,
ਓ ਅੱਜ ਮਾਨਪੁਰੀ ਰਿਸ਼ਨਾ ਯਾਨੀ ਕਹਿੰਦੀ ਫਿਰੇ ਦਾਈ ਬਣ ਤੋ ਅੱਜ ਮਾਨਪੁਰੀ ਰਿਸ਼ਨਾ ਯਾਨੀ ਕਹਿੰਦੀ ਫਿਰੇ ਦਾਈ ਬਣ ਤੋ ਸਾਡੀ ਭਾਗ ਕੁਲੀ ਨੂੰ ਲਾਇਆ ਕਹਿੰਦੀ ਫਿਰੇ ਦਾਈ ਬਣ ਤੋ ਪਿਤਾ ਹਕਮ ਸਿੰਘ ਓ ਵੰਡੀਆਂ ਨੇ ਗਾਈਆਂ ਨੀ ਕਹਿੰਦੀ ਫਿਰੇ ਦਾਈ ਬਣ ਤੋ ਜਦੋਂ ਗਰੀਬ ਬੰਦੇ ਨੂੰ ਕਦੋਂ ਦਾਨ ਮਿਲਦਾ ਉਹ ਇੱਕ ਦੂਜੇ ਨੂੰ ਦੱਸਦਾ ਵੀ ਤੂੰ ਵੀ ਥਾਲੀ ਫੜ ਕੇ ਲਿਆ ਚੌਲ ਵੰਡੀਦੇ ਪਏ ਲੈ ਗਏ ਪਿਤਾ ਹਕਮ ਸਿੰਘ ਨੇ ਖੁਸ਼ੀ ਜਾਣ ਕੇ ਜਦੋਂ ਗੁਰੂ ਗਿਆਨ ਨਾਲ ਨੇ ਅਵਤਾਰ ਧਾਰਿਆ ਤੇ ਉਹਨੇ ਗਾਵਾਂ ਬਹੁਤ ਕੁਛ ਉਹਨਾਂ ਵੰਡਿਆ ਅੱਜ ਭਾਗ ਕੁਲੀ ਨੂੰ ਲਾਇਆ ਰਹਿੰਦਾ ਵਿੱਚ ਮਾਨਪੁਰੀ ਦੇ ਸਾਡੀ ਭਾਗ ਕੁਲੀ ਨੂੰ ਲਾਇਆ ਨੀ ਰਹਿੰਦਾ ਵਿੱਚ ਮਾਨਪੁਰੀ ਦੇ ਅੱਜ ਮਾਨਪੁਰੀ ਰਸ਼ਨਾਇਆ ਨੀ ਰਹਿੰਦਾ ਵਿੱਚ ਮਾਨਪੁਰੀ ਦੇ ਅੱਜ ਮਾਨਪੁਰੀ ਰਸ਼ਨਾਇਆ ਨੀ ਰਹਿੰਦਾ ਵਿੱਚ ਮਾਨਪੁਰੀ ਦੇ ਅੱਜ ਮਾਨਪੁਰੀ ਰਿਸ਼ਨਾਇਆ ਕਹਿੰਦੀ ਫਿਰੇ ਦਾਈ ਬਣ ਤੋ ਪਿਤਾ ਹਕਮ ਸਿੰਘ ਵੰਡੀਆਂ।